ਹਾਂਜੀ, ਧੂਰੀ ਕਾਰ ਬਾਜ਼ਾਰ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਡਿਲੀਵਰ ਕਰਨ ਲੱਗਿਆ ਹੋਂਡਾ ਸਿਟੀ ਕਾਰ ਤਾਂ ਆਪਾਂ ਰਿਵਿਊ ਲੈਣੇ ਆ। ਭਾਜੀ ਕਿਵੇਂ ਲੱਗੀ ਤੁਹਾਨੂੰ ਗੱਡੀ? ਹੈ ਬਹੁਤ ਵਧੀਆ ਗੱਡੀ ਹੈ ਵੀਰੇ, ਪਹਿਲੀ ਝੱਟ ਜੀ ਪਸੰਦ ਆ ਗਈ। ਮੁਬਾਰਕਾਂ ਵੀਰੇ ਤੁਹਾਨੂੰ, ਬਹੁਤ ਬਹੁਤ ਮੁਬਾਰਕਾਂ ਵੀਰੇ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ, ਸਵਾਗਤ ਆ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਧੂਰੀ ਕਾਰ ਬਾਜ਼ਾਰ ਤੇ। ਅੱਜ ਇੱਕ ਵਾਰੀ ਫਿਰ ਅੱਜ ਬਾਈ ਤੁਹਾਡੇ ਵਾਸਤੇ ਆਪਾਂ ਲੈ ਕੇ ਆ ਗਿਆ ਕੋਕਾ ਪੀਸ, ਕੰਚ ਪੀਸ। ਸੁਣਿਆ ਹੋਊ ਤੁਹਾਨੂੰ ਕੰਚ ਪੀਸ, ਤਾਂ ਆਪਾਂ ਤੁਹਾਨੂੰ ਅੱਜ ਦਵਾਂਗੇ ਸਵਿਫਟ ਕਾਰ 2012 ਮਾਡਲ, ਜਮੀ ਸ਼ੋਰੂਮ ਕੰਡੀਸ਼ਨ ਆ, ਸਿਰਫ 56,000 ਚੱਲੀ ਆ, ਓਰੀਜਨਲ ਨਾਲ ਦੇ ਟਾਇਰਾਂ ਦੇ ਆ। ਉਸ ਤੋਂ ਪਹਿਲਾਂ ਬਈ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ, ਵੱਧ ਤੋਂ ਵੱਧ ਵੀਰੇ ਕਰ ਲਓ ਸ਼ੇਅਰ, ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰ ਲਿਓ। ਪਤਾ ਕਰ ਲਓ ਆਪਣਾ ਨੋਟ, ਧੂਰੀ ਕਾਰ ਬਾਜ਼ਾਰ ਓਪੋਜ਼ਿਟ TVS ਏਜੰਸੀ, ਸਮਾਰਟ ਪੁਆਇੰਟ, ਨੀਅਰ ਨੱਤਦਾ ਹੋਸਪਿਟਲ, MK ਬਾਈਪਾਸ ਰੋਡ, ਸ਼ਹਿਰ ਧੂਰੀ। ਗੱਲ ਕਰਦੇ ਹਾਂ ਇਸ ਗੱਡੀ ਦੀ, ਇਹ 2012 ਮਾਡਲ, ਤਕਰੀਬਨ 10ਵੇਂ ਜਾਂ 11ਵੇਂ ਮਹੀਨੇ ਦੀ ਗੱਡੀ ਆ, ਮਾਡਲ 12। ਸਾਰੀ ਗੱਡੀ ਓਰੀਜਨਲ ਆ, ਕੋਈ ਵੀ ਪੀਸ ਗੱਡੀ ਦਾ ਖੁੱਲਿਆ ਨਹੀਂ, ਕੋਈ ਵੀ ਪੇਂਟ ਨਹੀਂ, ਜਮੀ ਕੰਚ ਵਰਗੀ ਕਾਰ ਆ। ਤੁਹਾਨੂੰ ਆਪਾਂ ਪਹਿਲਾਂ ਬੌਂਡ ਚੱਕ ਕੇ ਗੱਡੀ ਦਿਖਾਉਂਦੇ ਆ, ਬਾਡੀ ਲਾਈਨ 'ਤੇ ਇੰਨੀ ਜ਼ਬਰਦਸਤ ਕਾਰ ਆ, ਤੁਹਾਨੇ ਅੱਜ ਤੱਕ ਗੱਡੀ ਇਹੋ ਜਿਹੀ ਦੇਖੀ ਨਹੀਂ ਹੋਣੀ। 12 ਮਾਡਲ, ਉੱਚਾ ਮਾਡਲ ਤਾਂ ਹੋ ਸਕਦਾ, ਪਰ 12 ਮਾਡਲ ਇੰਨੀ ਨਵੀਂ ਕਾਰ ਨਹੀਂ ਦੇਖੀ ਹੋਣੀ ਤੁਹਾਨੇ। ਲਓ ਜੀ, ਆਪਾਂ ਤੁਹਾਨੂੰ ਮਰਾਉਂਦੇ ਹਾਂ ਆਪਾਂ ਝਾਤੀ ਪਹਿਲਾਂ ਬੌਂਡ ਚੱਕ ਕੇ, ਖਾਸੀਅਤ ਦਿਖਾਉਂਦੇ ਹਾਂ ਗੱਡੀ ਕਿਉਂ ਖਾਸ ਹੈ। ਜਿਹੜੇ ਕੋਈ ਵੀਰ ਦੇਖੋ, ਪੈਸੇ ਖਰਚਣੇ ਪੈਣਗੇ, ਜਿਹੜੇ ਕੋਈ ਵੀਰ ਕਹਿੰਦੇ ਨੇ ਵੀ ਆਪਾਂ ਕੰਚ ਵਰਗੀ ਕਾਰ ਲੈਣੀ ਹੈ, ਤਾਂ ਇਹ ਕੰਚ ਵਰਗੀ ਕਾਰ ਆ। ਦੇਖੋ ਤੁਸੀਂ, ਇਹ ਆ ਗਏ ਤੇ ਐਪਰਾਂ ਤੇ ਮਾੜਾ ਮੋਟਾ ਸਕਰੈਚ ਕੁਛ ਨਾ ਕੁਛ ਤਾਂ ਹੁੰਦਾ ਹੀ ਆ, ਪਰ ਤੁਸੀਂ ਨਿਗਾਹ ਮਾਰ ਲਓ, ਕੁਛ ਵੀ ਨਹੀਂ ਹੈਗਾ ਗੱਡੀ 'ਤੇ, 1% ਵੀ ਬੋਨਟ ਪੱਟੀ ਸਭ ਸ਼ੀਲਡ ਆ ਗੱਡੀ ਦਾ, ਕੁਛ ਵੀ ਖੁੱਲ੍ਹਿਆ ਨਹੀਂ ਆ। ਦਿਖਾਓ ਤੁਸੀਂ ਮਾੜਾ ਪੱਟੀ ਦੀ ਨਿਗਾਹ ਮਾਰਾ ਦਿਓ। ਇੰਨੀ ਵੀਰੇ ਫਰੈਸ਼ ਕਾਰ ਨਹੀਂ ਮਿਲਣੀ, ਇਹਦੀਆਂ ਗੱਡੀਆਂ ਵਾਰ ਵਾਰ ਨਹੀਂ ਆਉਂਦੀਆਂ। ਜਿਹੜਾ ਕੋਈ ਵੀਰ ਕੰਚ ਵਰਗੀ ਕਾਰ ਭਾਲਦਾ ਤਾਂ ਆਪਣੇ ਕੋਲ ਇਹ ਗੱਡੀ ਲੈ ਜਾਓ ਵੀਰੇ, ਬਹੁਤ ਸੋਹਣੀ ਕਾਰ ਆ। ਲਓ ਜੀ, ਇੰਜਨ ਦੀ ਸਟਾਰਟ ਕਰਕੇ ਆਪਾਂ ਤੁਹਾਨੂੰ ਮਾੜੀ ਜੀ ਇੰਜਨ 'ਤੇ ਵੀ ਨਿਗਾਹ ਮਰਾ ਦਿੰਦੇ ਹਾਂ। ਵੈਸੇ ਤਾਂ ਸਵਿਫਟ ਦੇ ਇੰਜਨ ਨਾਲ ਕੁਛ ਹੁੰਦਾ ਨਹੀਂ, ਪਰ ਮਾਰ ਲਓ ਨਿਗਾਹ ਵੀਰੇ ਇੰਜਨ 'ਤੇ ਵੀ। ਓਕੇ ਇੰਜਨ ਜੀ, ਅਤੇ ਫਰੰਟ ਸ਼ੀਸ਼ੇ 'ਤੇ ਮਾੜੀ ਜੀ ਨਿਗਾਹ ਮਰਾ ਦਿਓ ਜੀ, ਫਰੰਟ ਸ਼ੀਸ਼ਾ ਵੀ ਗੱਡੀ ਦਾ ਨਾਲ ਦਾ ਹੀ ਆ, 2012 ਦਾ। ਕਨੈਕਟਰ ਸਾਈਡ 'ਤੇ ਮਾੜੀ ਜੀ ਝਾਤੀ ਮਰਾ ਦਿਓ ਜੀ ਸਾਰੀ ਗੱਡੀ 'ਤੇ। ਸਕਰੈਚ ਲੈਸ ਗੱਡੀ ਹੈ ਵੀਰੇ, ਸਕਰੈਚ ਲੈਸ। ਬੰਪਰ 'ਤੇ, ਬੰਪਰ ਵੀ ਗੱਡੀ ਦਾ ਓਰੀਜਨਲ ਸੀ, ਬੰਪਰ 'ਤੇ ਆਪਾਂ ਥੋੜ੍ਹੀ ਥੋੜ੍ਹੀ ਬਸ ਕਿਨਾਰੀਆਂ ਟੱਚਿੰਗ ਕਰਾਈਆਂ ਨੇ, ਬਾਕੀ ਓਵਰਹਾਲ ਸਭ ਕੁਝ ਗੱਡੀ ਓਕੇ ਆ। ਬਾਕੀ ਸਟੀਰੀਓ ਸਿਸਟਮ ਗੱਡੀ ਦਾ ਕੰਪਨੀ ਵਾਲਾ ਹੀ, ਮਰੂਤੀ ਦਾ ਹੀ ਆ ਜਾਂਦਾ। ਇੰਟੀਰੀਅਰ ਵੀ ਉਨਾ ਹੀ ਨਾਲ ਦਾ ਹੀ ਆ। ਬਾਕੀ ਟਾਇਰਾਂ 'ਤੇ ਮਾਰ ਲਓ ਨਿਗਾਹ, ਟਾਇਰ ਨਾਲ ਦੀ ਨੇ, ਟਾਇਰਾਂ 'ਤੇ ਡੇਟਾ ਵੀ ਨੇ, ਟਾਇਰਾਂ ਡੇਟ ਆਪਾਂ ਉੱਤਰੇ, ਇਹਦੇ ਅੰਦਰਲੇ ਪਾਸੇ ਡੇਟ ਆ, ਆਪਾਂ ਉੱਧਰੋਂ ਦਿਖਾ ਦਿੰਦੇ ਤੁਹਾਨੂੰ ਟਾਇਰਾਂ ਪੋਜੀਸ਼ਨ। ਲਓ ਜੀ, ਡੱਗੀ 'ਤੇ ਦਿਖਾਓ ਮਾੜੀ ਜੀ ਨਿਗਾਹ, ਮਰਾ ਦਿਓ ਗੱਡੀ 'ਤੇ। ਆਪਾਂ ਤੁਹਾਨੂੰ ਡੱਗੀ ਖੋਲ੍ਹ ਕੇ ਬੂਟ ਫਲੋਰ 'ਤੇ ਵੀ ਨਿਗਾਹ ਮਰਾ ਦਿੰਦੇ ਹਾਂ। ਇਹੋ ਜਿਹੀਆਂ ਗੱਡੀਆਂ ਵਾਰ ਵਾਰ ਨਹੀਂ ਆਉਂਦੀਆਂ, ਲੈ ਜਾਓ ਵੀਰੇ ਫਰੈਸ਼ ਕਾਰ। ਲਓ ਜੀ, ਮਾਰੋ ਨਿਗਾਹ ਗੱਡੀ, ਦੇਖੋ ਕਿੰਨੀ ਨਵੀਂ ਕਾਰ ਆ। ਅਲਾਇਆ ਆਪਾਂ ਪੰਜੋ ਅਲਾਏ ਵੀਲ ਨੇ ਗੱਡੀ ਦੇ, ਇਹ ਟਾਇਰ ਲਗਭਗ ਅਨਯੂਜ ਆ। ਤੁਹਾਨੂੰ ਆਪਾਂ ਡੇਟ ਦੀ ਗੱਲ ਕਰਦੇ ਸੀ ਕੈਮਰਾਮੈਨ ਸਾਹਿਬ, ਇਹਦੇ ਡੇਟ 'ਤੇ ਮਾੜੀ ਨਿਗਾਹ ਮਰਾ ਦਿਓ। ਇਹ ਹੁੰਦੀ ਆ ਪੰਚਿੰਗ ਡੇਟ 'ਤੇ, ਆ ਦੇਖੋ ਜੀ 12, ਇੱਥੇ 12 ਮਾੜਾ ਜਿਹਾ ਜੂਮ ਕਰ ਦਿਓ, ਇਹ 12 ਮਾਡਲ ਦੇ ਨੇ, ਸਾਰੇ ਟਾਇਰ ਹਜੇ ਨਾਲ ਦੀ ਨੇ, ਸਟਿਪਣੀ ਅਨਯੂਜ ਆ। ਪਾਵਰ ਵਿੰਡੋ, ਪਾਵਰ ਸਟੀਅਰਿੰਗ, ਇਲੈਕਟ੍ਰੋਨਿਕ ਸ਼ੀਸ਼ੇ ਆ ਜਾਂਦੇ ਨੇ, ਮੀਟਰ 'ਤੇ ਨਿਗਾਹ ਮਰਾ ਦੀ। ਓਰੀਜਨਲ ਵੀਰੇ ਜਿੰਨੀ ਚੱਲੀ ਆ ਇਸ ਚੀਜ਼ ਦੀ, ਧੂਰੀ ਕਾਰ ਬਾਜ਼ਾਰ ਦੀ ਗਰੰਟੀ ਆ, ਕਿਸੇ ਪਾਸੇ ਵੀ ਕੋਈ ਘਾਟ ਵਾਧ ਨਹੀਂ ਹੋਊਗੀ, ਜਿੰਨੀ ਚੱਲੀ ਹੋਊਗੀ ਓਰੀਜਨਲ ਚੱਲੀ ਹੋਊਗੀ। ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਇੰਸ਼ੋਰੈਂਸ ਗੱਡੀ ਦੀ ਫੁੱਲਾ, ਤਕਰੀਬਨ 2-2.5 ਮਹੀਨੇ ਦੀ ਰਹਿੰਦੀ ਆ, ਕੋਈ ਕਲੇਮ ਨਹੀਂ ਅੱਜ ਤੱਕ, ਸਾਰੀ ਡੈਬ ਕੈਪ ਇੰਸ਼ੋਰੈਂਸ ਹੀ ਰਹੀ ਆ ਗੱਡੀ ਦੀ, ਪਰ ਹਜੇ ਤੱਕ ਕੋਈ ਕਲੇਮ ਨਹੀਂ ਹੈਗਾ NCV ਗੱਡੀ 'ਤੇ,
ਚੱਲਦਾ। ਲੋਨ ਦੀ ਗੱਲ ਕਰਦੇ ਹਾਂ ਆਪਾਂ, ਲੋਨ ਇਹਤੇ ਤਕਰੀਬਨ 2 ਤੋਂ 2.25 ਲੱਖ ਦਾ ਹੋਜੂਗਾ। ਜੇ ਤੁਹਾਡਾ ਆਪਣਾ ਸਿੰਪਲ ਹੋ ਗਿਆ, ਪੈਨ ਕਾਰਡ ਆਧਾਰ ਕਾਰਡ ਲਿਆਓ, ਗੱਡੀ ਲੈ ਜਾਓ, ਫਾਇਨਾਂਸ ਵੀ ਗੱਡੀ ਹੋਜੂਗੀ। ਅਤੇ ਗੱਲ ਕਰਦੇ ਹਾਂ ਇਸ ਦੇ ਰੇਟ ਦੀ, ਇਸ ਗੱਡੀ ਦਾ ਰੇਟ ਹੈ ਜੀ 3,35,000 ਰੁਪਇਆ। ਰੇਟ ਥੋੜ੍ਹਾ ਜਿਹਾ ਦੇਖੋ ਹੈਗਾ, ਪਰ ਗੱਡੀ ਨਵੀਂ ਵਰਗੀ ਹੈ ਵੀਰੇ। ਜਿਹੜੇ ਕੋਈ ਵੀਰ ਕੰਚ ਵਰਗੀ ਕਾਰ ਭਾਲਦਾ ਤਾਂ ਇਹ ਗੱਡੀ ਆਪਣੇ ਕੋਲ 2012 ਮਾਡਲ ਨਵੀਂ ਕਾਰ ਆਈ ਹੈ। ਬਾਕੀ ਬਾਈ ਘੱਟ ਚੱਲੀਆਂ ਗੱਡੀਆਂ ਲਈ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ। ਜੇ ਵੀਡੀਓ ਵਧੀਆ ਲੱਗੀ ਤਾਂ ਵੀਰੇ ਲਾਈਕ ਜ਼ਰੂਰ ਕਰ ਲਿਓ, ਲਾਈਕ ਨਾਲ ਥੋੜ੍ਹਾ ਕੁਛ ਘਟਣਾ ਨਹੀਂ। ਮਿਲਦੇ ਵੀਰੇ ਨੈਕਸਟ ਵੀਡੀਓ, ਤਦ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਹਿੰਦ।